कले कले मार रखो, कले कले मार रखो, केंद्र वालों का तरीकी उतर लाया का तबाह सकरा के रहेंगे। पंजाब से केंद्र की सरकार मर्दाबाद, बेनती लोका राय का जिंदाबाद। पिछले दिन जो गड़ेमारी हुई सी मीह पिया सीगा उहदे नाल केंद्र सरकार ने यह ऐलान किया हैगा कि जिहड़ी कणक है वह दा दाणा जिहड़ा बरीक हो गया बदरंग हो गई, इस करके सेंटर ने गड़ेमारी नूं सुनहरी मौका समझ के किसानां दी कणक दी खरीद ते कट लाता। उस कट दे खिलाफ संयुक्त किसान मोर्चे दे वल्लों पूरे भारत दे विच चक्का रेल दा चक्का जाम करन दा जिहड़ा सद्दा दित्ता होया हैगा, ਇਹ 12 ਤੋਂ ਲੈ ਕੇ 4 ਵਜੇ ਤੱਕ ਹੈਗਾ। ਅਸੀਂ ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹਾਂ ਦੇ ਵੱਲੋਂ ਜ਼ਿਲ੍ਹਾ ਬਠਿੰਡਾ ਅੱਜ ਇਸ ਕੱਟ ਦੇ ਖਿਲਾਫ ਜੋ ਖਰੀਦ ਕਣਕ ਦੀ ਖਰੀਦ ਦੇ ਉੱਤੇ ਕੱਟ ਲਾਇਆ ਉਹਨੂੰ ਬਰਦਾਸ਼ਤ ਨਹੀਂ ਕਰਦੇ ਹੈਗੇ, ਉਹਦੇ ਖਿਲਾਫ ਪੂਰੇ ਰੋਹ ਨਾਲ ਪੂਰੇ ਜੋਸ਼ ਨਾਲ ਇਹ ਜਿਹੜਾ ਧਰਨਾ ਰੇਲਵੇ ਲਾਈਨ 'ਤੇ ਲਾ ਕੇ ਬੈਠੇ ਹੋਏ ਹਾਂ। ਅਸੀਂ ਇਹ ਮੰਗ ਕਰਦੇ ਹਾਂ ਕਿ ਜਿਹੜਾ ਇਹ ਕੱਟ ਲਾਇਆ ਉਹਨੂੰ ਤੁਰੰਤ ਵਾਪਸ ਕੀਤਾ ਜਾਵੇ, ਸਗੋਂ ਕੇਂਦਰ ਸਰਕਾਰ ਜਿਹੜੀ ਕਿਸਾਨਾਂ ਦੀ ਗੜੇਮਾਰੀ ਮੀਂਹ ਝੱਖੜ ਦੇ ਨਾਲ ਫਸਲਾਂ ਦੀ ਬਰਬਾਦੀ ਹੋਈ ਹੈ ਉਹਦਾ ਪੂਰਾ ਮੁਆਵਜ਼ਾ ਦੇਵੇ, ਅਤੇ ਜਿਹੜੇ ਘਰ ਢਹੇ ਨੇ ਉਹਨਾਂ ਮਜ਼ਦੂਰਾਂ ਨੂੰ ਵੀ ਮੁਆਵਜ਼ਾ ਦੇਵੇ, ਅਤੇ ਹੋਰ ਜਿਹੜਾ ਨੁਕਸਾਨ ਹੋਇਆ ਸਗੋਂ ਉਹਦੀ ਭਰਪਾਈ ਕਰਨੀ ਸੀ, ਉਲਟਾ ਕਿਸਾਨਾਂ 'ਤੇ ਜ਼ਖਮਾਂ 'ਤੇ ਲੂਣ ਛਿੜਕ ਰਹੀ ਹੈਗੀ ਹੈ। ਇਸ ਕਰਕੇ ਅਸੀਂ ਮੰਗ ਕਰਦੇ ਹਾਂ ਉਹਨਾਂ ਤੋਂ ਕਿ ਕਿਸਾਨਾਂ ਨੂੰ ਪੰਜਾਬ ਸਰਕਾਰ ਦੇ ਵੱਲੋਂ ਵੀ ਅਤੇ ਸੈਂਟਰ ਸਰਕਾਰ ਦੇ ਵੱਲੋਂ ਵੀ ਪੂਰਾ ਪੂਰਾ ਜਿਹੜਾ ਮੁਆਵਜ਼ਾ ਉਹ ਦਿੱਤਾ ਜਾਵੇ। ਅਗਲਾ ਸੰਘਰਸ਼ ਇਹ ਹੈਗਾ ਕਿ ਜੋ ਸੰਯੁਕਤ ਕਿਸਾਨ ਮੋਰਚਾ ਹੈ ਜੇ ਸੈਂਟਰ ਸਰਕਾਰ ਇੱਕ ਕਟੌਤੀ ਜਿਹੜੀ ਉਹਨੇ ਕੀਤੀ ਉਹਨੂੰ ਵਾਪਸ ਨਹੀਂ ਲੈਂਦੀ ਤਾਂ ਅਗਲਾ ਸੰਘਰਸ਼ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਜੋ ਵੀ ਆਊਗਾ ਉਹਨੂੰ ਜ਼ੋਰ ਨਾਲ ਲੜਿਆ ਜਾਊਗਾ। ਅੱਜ ਜੋ ਅਸੀਂ ਸਾਡੀ ਜਥੇਬੰਦੀ ਬੀਕੇ ਯੂਨਿਟ ਗ੍ਰਾਹਾਂ ਵੱਲੋਂ ਰੇਲਵੇ ਲੈਣਾ ਮੰਨ ਲਗੇ, ਇਹ ਪਿਛਲੇ ਦਿਨੀ ਜੋ ਗੜੇਮਾਰੀ ਹੋਈ ਹੈ, ਤੂਫਾਨ ਆਏ ਨੇ, ਹਨੇਰੀਆਂ ਆਈਆਂ, ਹਾੜੀ ਦੀ ਫਸਲ ਬੁਰੀ ਤਰ੍ਹਾਂ ਝੰਬਦੀ ਹੈ, ਬਹੁਤ ਤਬਾਹ ਹੋ ਗਈ ਹੈ। ਇਸ ਮੌਕੇ ਕੇਂਦਰ ਸਰਕਾਰ ਨੇ ਕਿਸਾਨਾਂ ਦੀ ਬਾਂਹ ਫੜਨ ਦੀ ਬਜਾਏ ਉਹਨਾਂ ਦੇ ਜ਼ਖਮਾਂ 'ਤੇ ਮਲਮ ਲਾਉਣ ਦੀ ਬਜਾਏ ਜਿਹੜੀ ਘੱਟੋ ਘੱਟ ਸਮਰਥਨ ਮੁੱਲ ਹੈ ਜਿਹੜਾ ਪਹਿਲਾਂ ਹੀ ਪੂਰਾ ਨਹੀਂ ਮਿਲਦਾ ਉਹਦੇ 'ਚ ਵੀ ਕੱਟ ਲਾਤਾ, ਇਹ ਦੋਸ਼ ਲਾ ਕੇ ਕਿ ਦਾਣੇ ਬਦਰੰਗ ਹੋ ਗਏ, ਦਾਣੇ ਪਿਚਕ ਗਏ, ਦਾਣੇ ਸੁੰਗੜ ਗਏ, ਜਦੋਂ ਕਿ ਇਹਦੇ ਵਿੱਚ ਕਿਸਾਨ ਦਾ ਕੋਈ ਕਸੂਰ ਨਹੀਂ। ਇਹ ਕੁਦਰਤੀ ਆਫਤ ਹੈ, ਇਹਨੂੰ ਕੌਮੀ ਆਫਤ ਮੰਨ ਕੇ ਕੌਮ ਨੂੰ ਝੱਲਣਾ ਚਾਹੀਦਾ ਜੀ ਸਾਰਾ, ਸਗੋਂ ਉਲਟਾ ਕੇਂਦਰ ਸਰਕਾਰ ਨੇ ਉਹਦੀ ਬਾਂਹ ਫੜਨ ਦੀ ਬਜਾਏ ਇਹ ਕੱਟ ਲਾਇਆ। ਉਹ ਕੱਟ ਵਾਲਾ ਫੈਸਲਾ ਵਾਪਸ ਕਰਾਉਣ ਖਾਤਰ ਕੌਮੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਸਾਰੇ ਮੁਲਕ ਦੇ ਵਿੱਚ ਰੇਲਾਂ ਦਾ ਜਿਹੜਾ ਚੱਕਾ ਜਾਮ ਕਰਨ ਦਾ 12 ਵਜੇ ਤੋਂ ਲੈ ਕੇ 4 ਵਜੇ ਤੱਕ ਸੱਦਾ ਦਿੱਤਾ, ਉਹਦੀ ਕੜੀ ਵਜੋਂ ਸਾਡੀ ਜਥੇਬੰਦੀ ਬੀਕੇ ਯੂ ਏਕਤਾ ਗ੍ਰਾਹਾਂ ਵੱਲੋਂ ਸਾਰੇ ਪੰਜਾਬ ਦੇ ਵਿੱਚ ਅੱਡ ਅੱਡ ਥਾਵਾਂ 'ਤੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਅਸੀਂ ਰੇਲਾਂ ਦਾ ਚੱਕਾ ਜਾਮ ਕਰ ਰਹੇ ਹਾਂ, ਜਿਹਦੀ ਕੜੀ ਵਜੋਂ ਅਸੀਂ ਬਠਿੰਡਾ ਜ਼ਿਲ੍ਹੇ ਵੱਲੋਂ ਇੱਥੇ ਰੇਲਵੇ ਜੰਕਸ਼ਨ ਬਠਿੰਡਾ ਮੰਨਿਆ ਹੋਇਆ।